ਅਸਲਾਮ ਵਾਲੇਕੁਮ ਜੀ, ਮੈਂ ਮੁਹੰਮਦ ਅਨਵਰ। ਤੁਸੀਂ ਵੇਖ ਰਹੇ ਹੋ ਯੂਟਿਊਬ ਚੈਨਲ। ਸਾਡੇ ਚੈਨਲ ਨੂੰ ਲਾਈਕ ਕਰੋ, ਸਬਸਕ੍ਰਾਈਬ ਕਰੋ। ਸ਼ੁਰੂ ਕਰਨੀ ਹੈ ਵੀਡੀਓ। ਤੁਹਾਨੂੰ ਉਸਤਾਦ ਹੋਰਾਂ ਦਾ ਕੰਮ ਚੈੱਕ ਕਰਾਉਣਾ ਜਿਹੜੇ ਕੰਮ ਕਰਦੇ ਨੇ। ਬਾਥਰੂਮ ਅੱਜ ਕਲੀਅਰ ਕਰ ਗਏ ਨਾ, ਮੇਰੀ ਸੀਲਿੰਗ ਹੀ ਹੋਈ ਖੜੀ। ਇਹ ਸੀਲਿੰਗ ਦਾ ਸਮਾਨ ਵੀ ਆ। ਇਹ ਕੱਲ੍ਹ ਸੀਲਿੰਗ ਕਰ ਸਨ, ਕੁਝ ਅੱਜ ਕਰ ਗਏ ਨੇ, ਕੁਝ ਕੱਲ੍ਹ ਕਰ ਸਨ। ਸੀੜੀਆਂ ਤੇ ਸਕਾਰੇ ਲੱਗੇ ਪਹਿਲੇ। ਫੋਲਡਿੰਗ ਖਲੀਏ, ਇਹ ਸੀਲਿੰਗ ਵਾਲੇ ਨਹੀਂ ਫੋਲਡਿੰਗ। ਇਹਦੀ ਸੀਲਿੰਗ ਕੰਪਲੀਟ ਹੋ ਗਈ, ਇਹਦਾ ਫਰਸ਼ ਬਾਕੀ ਰਹਿ ਗਿਆ। ਇਹ ਫੋਲਡਿੰਗ ਖਲੀਏ ਸਾਰੀ ਉੱਤੋਂ ਸੀੜੀ 'ਤੇ। ਇਹ ਬੰਦੇ ਜੇ ਕੰਮ ਕਰਦੇ ਉਹਦੇ ਨੇ ਅੱਗੇ। ਇਹ ਕਿਚਨ ਲੱਗੀ ਖਾਲੀ ਹੈ, ਇਹਦੀ ਵੀ ਸੀਲਿੰਗ ਕੰਪਲੀਟ ਹੋਈ ਖਾਲੀ ਹੈ, ਇਹਦਾ ਫਰਸ਼ ਬਾਕੀ ਹੈ। ਇੱਥੇ ਜੀ ਕਾਊਂਟਰ ਲੱਗ ਸਨ, ਬਾਰੀਆਂ ਲੱਗ ਸਨ, ਇਸ ਤਿਆਰ 'ਤੇ ਬਾਰੀਆਂ ਲੱਗ ਸਨ ਜਿੱਥੇ ਬਾਂਡੇ ਛਾਂਡੇ ਰੱਖੇ ਹੁੰਦੇ ਨੇ। ਏ ਸੀ ਲੱਗਿਆ ਖਲਾ, ਉਸਤਾਦ ਵੀ ਇਹਦੇ ਲੱਗੇ ਹੋਏ ਖਲਾ। ਅਸਲਾਮ ਵਾਲੇਕੁਮ ਉਸਤਾਦ। ਵਾਲੇਕੁਮ ਸਲਾਮ, ਕੀ ਹਾਲ ਹੈ? ਠੀਕ ਹੈ। ਕਿਤਨਾ ਕੰਮ ਬਾਕੀ ਹੈ? ਕੰਮ ਬੁੱਕ ਗਿਆ ਸਰ। ਕਿਤਨਾ ਟਾਈਮ ਲੱਗ ਸੀ? ਦੋ ਘੰਟੇ, ਤਿੰਨ ਘੰਟੇ? ਇਹ ਕੀ ਕਰਦੇ ਖੜੇ ਆ? ਇੱਧਰ ਕੰਮ ਇਹਨਾਂ ਦਾ ਬਾਕੀ। ਇਹ ਰੂਬੀ ਕਟਰ ਵੀ ਹੈ, ਇਹ ਰੂਬੀ ਕਟਰ ਵੀ ਹੈ। ਇਹ ਬਾਥਰੂਮ ਦੇ ਬਾਕੀ ਹੈ। ਇਸ ਕਮਰੇ ਦੀ ਸਿਲਿੰਗ ਹੋ ਗਈ, ਤੂੰ ਛੋਟਾ ਖਾ ਲਾ ਰੂਮ। ਛੁੱਟੀ ਗੱਡੀ ਆਉਣ ਵਾਲੀ, ਚਲੇ ਜਾਂਦੇ ਰੂਮ ਤੇ। ਕਿਤਨਾ ਟਾਈਮ ਕਰ ਦੇ ਸੋ? ਇਹ ਸੁਬਹ ਦੇ ਆਇਆ ਤੇ ਹੁਣ ਤੇਰੇ ਸਾਹਮਣੇ।
आई दुआ सारा कंप्लीट हो गया। फिर सिलेंडर जरा आंदी है कल सिलेंडर से परसों तो ऐसी ने पैर देखा ना पाकिस्तान तक गच मच करते हैं। रंबल पाइए फिर सीमेंट मिक्स हो सी ते वाल टाले ने थले लग सी फोल्डिंग फोल्डिंग लगी कली है टॉप इस फोल्डिंग लगी कली है दुबई रे फोल्डिंग बड़ी टॉप ही है ये मशीन जानी पाई है ये सारे सामान देनी है देखिए बड़ी पावर है रे यार फोल्डिंग बड़ी टॉप है चार्ज बेरू फोल्डिंग फोल्डिंग लगी हुई है फिर आज रंग होया खला सफाई दी और लगी करिए दोबारा मोड़ रंग कर से और साहब भी है रंग सही टाइम ਤੁਸੀਂ ਵੇਖ ਰਹੇ ਮੈਂ ਮੁਹੰਮਦ ਅਨਵਰ ਤੁਸੀਂ ਵੇਖ ਰਹੇ ਯੂਟਿਊਬ ਚੈਨਲ ਸਾਡੇ ਚੈਨਲ ਨੂੰ ਲਾਈਕ ਕਰੋ ਸਬਸਕ੍ਰਾਈਬ ਕਰੋ ਔਰ ਸ਼ੁਰੂ ਕਰਨੇ ਅਗਲੀ ਵੀਡੀਓ।